ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਲੈ ਕੇ ਕਰਕੇ ਹਾਜ਼ਰ ਹੋਏ ਆਂ ਸੰਗਤ ਜੀ ਆਪ ਜੀ ਦੇ ਹਜ਼ੂਰ ਫਤਿਹ ਟੀਵੀ ਅਤੇ ਇੱਕ ਅਕੈਡਮੀ ਦੇ ਸਾਂਝੇ ਉਪਰਾਲੇ ਪ੍ਰੋਗਰਾਮ ਬਾ ਫਲਵਾੜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਸਰਵਣ ਕਰੋਗੇ ਬਹੁਤ ਹੀ ਪਿਆਰੀਆਂ ਪਿਆਰੀਆਂ ਕਵਿਤਾਵਾਂ ਜੋ ਕਿ ਬੱਚਿਆਂ ਨੇ ਆਪਣੇ ਮੁਖਾਰਬੇਨ ਤੋਂ ਬਹੁਤ ਹੀ ਸਚੱਜੇ ਤਰੀਕੇ ਦੇ ਨਾਲ ਸੰਗਤ ਦੇ ਸਾਹਮਣੇ ਪੇਸ਼ਕਾਰੀ ਕੀਤੀ ਹੈ ਸੋ ਸਾਡੇ ਨਾਲ ਹਨ ਭਾਈ ਰਣਜੀਤ ਸਿੰਘ ਜੀ ਜੋ ਕਿ ਸਾਡੇ ਉਸਤਾਦ ਜੀ ਵੀ ਹਨ ਇਹਨਾਂ ਨੂੰ ਅਸੀਂ ਉਸਤਾਦ ਰਣਜੀਤ ਸਿੰਘ ਜੀ ਆਖਦੇ ਹਾਂ ਸੋਹਬ ਜੀ ਨੂੰ ਇਸ ਬਾਰੇ ਵੇਰਵਾ ਦੇਣ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਬੱਚੇ ਜਸਮਨ ਕੌਰ ਜੀ ਕੋਲੋਂ ਜਿਹੜੇ ਸਾਨੂੰ ਪਟਨੇ ਦੀ ਧਰਤੀ ਦੀ ਯਾਦ ਦਿਵਾਉਣਗੇ ਪਟਨੇ ਵਿੱਚ ਆਇਆ ਨਿਰੰਕਾਰੀ ਨੂਰ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੱਜ ਕੇ ਬੁਲਾਓ ਫਤੇ ਮੇਰਾ ਨਾਮ ਜਸਮਨ ਕੌਰ मैं आप जी दे सामने कविता पेश कर जा रही हाँ आशीष बख्शो जी पटने आया निरंकारी नूर जी पटने आया निरंकारी नूर जी दर्शन जिस किता दुख हो गए सारे दूर जी दर्शन जिस किता दुख हो गए सारे दूर जी ਮਾਤਾ ਗੁਜਰੀ ਦੀ ਕੁੱਖ ਨੂੰ ਭਗ ਲਾਇਆ ਏ ਮਾਤਾ ਗੁਜਰੀ ਦੀ ਕੁੱਖ ਨੂੰ ਭਗ ਲਾਇਆ ਏ ਪਟਨੇ ਵਿੱਚ ਨੂਰੀ ਚੰਨ ਚਾਲਿਆ ਆਏ ਪਟਨੇ ਵਿੱਚ ਨੂਰੀ ਚੰਨ ਚਾਲਿਆ ਆਏ ਜਸਮਨ ਤਾਨੂੰ ਦੱਸ ਰਹੀ ਆ ਸੀਸ਼ ਝੁਕਾ ਕੇ ਵਾਜਾ ਵਾਲਾ ਆ ਗਿਆ ਕਲਗੀ ਸਜਾ ਕੇ ਵਾਜਾ ਵਾਲਾ ਆ ਗਿਆ ਕਲਗੀ ਸਜਾ ਕੇ ਵਾਜਵਲਾ ਗਿਆ ਕਲਗੀ ਸਜਾ ਕੇ ਵਾਜਵਲਾ ਗਿਆ ਕਲਗੀ ਸਜਾ ਕੇ ਹੋਇਆ ਬੋਲਾ ਚੁੱਕਾ ਦੀ ਆਖੀ ਮਾ ਬਖਸ਼ੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਮਨ ਕੌਰ ਨੇ ਜੋ ਕਵਿਤਾ ਪੜ੍ਹੀ ਹੈ ਪਟਨੇ ਵਿੱਚ ਆਇਆ ਨਿਰੰਕਾਰੀ ਨੂਰ ਜੀ ਦੇਖੋ ਪਿਛਲੇ ਪ੍ਰੋਗਰਾਮ ਦੇ ਵਿੱਚ ਬੱਚੀ ਨੇ ਇੱਕ ਨੇ ਪੜ੍ਹਿਆ ਸੀ ਇਕ ਕਵਤਾ ਨੂੰ ਪੜਿਆ ਸੀ ਕਿ ਚੰਨ ਗੁਜਰੀ ਦਾ ਚੰਨ ਉਸੇ ਤਰ੍ਹਾਂ ਪਟਨੇ ਦੇ ਵਿੱਚ ਆਇਆ ਨਰੰਕਾਰੀ ਨੂਰ ਜੀ ਇਹ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਸਾਨੂੰ ਜੋੜਦਾ ਹੈ ਜਿੱਥੇ-ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਪਿਤਾ ਜੀ ਦੀ ਗੱਲ ਹੁੰਦੀ ਹੈ ਨਾ ਮੇਰੇ ਅੰਦਰੋਂ ਇੱਕ ਉਹ ਚਾਹ ਪੈਦਾ ਹੁੰਦਾ ਕਿ ਮੈਂ ਪਾਤਸ਼ਾਹ ਨੂੰ ਗਲਵਕੜੀ ਚ ਲੈ ਲਵਾਂ ਕਿ ਪਾਤਸ਼ਾਹ ਤੂੰ ਮੇਰੇ ਸਾਹਮਣੇ ਹੋਵੇਂ ਤੇ ਤੇਰੇ ਨਾਲ ਬੜੇ ਸਵਾਲ ਨੇ ਮੇਰੇ ਤੇ ਉਹ ਸਾਰੇ ਸਾਹਮਣੇ ਬੈਠ ਕਰਕੇ ਕਰਾਂ ਤੇ ਮੈਨੂੰ ਇਹ ਵੀ ਬੜਾ ਮਹਿਸੂਸ ਹੁੰਦਾ ਕਈ ਵਾਰ ਅਸੀਂ ਦਰਬਾਰ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਇਤਿਹਾਸਕ ਸਥਾਨ ਆ ਉੱਥੇ ਜਾ ਕਰਕੇ ਅਸੀਂ ਜਦੋਂ ਪਾਸ਼ਾ ਪਾਸ ਜਿਹੜੀਆਂ ਬੇਨਤੀਆਂ ਕੋ ਸਵਾਲ ਅੰਦਰ ਹੁੰਦੇ ਹਨ ਜਾ ਕਰਕੇ ਕਰਦੇ ਆ ਨਾ ਗੁਰਗਨ ਸਾਹਿਬ ਜੀ ਮਹਾਰਾਜ ਪਾਸ ਤਾਂ ਉੱਥੇ ਜਾ ਕੇ ਸਾਰੇ ਪ੍ਰਸ਼ਨ ਸਾਡੇ ਖਤਮ ਹੋ ਜਾਂਦੇ ਨੇ ਉਹ ਕਿਉਂ ਹੋ ਜਾਂਦੇ ਨੇ ਕਿਉਂਕਿ ਉੱਥੇ ਉੰਗ ਨਾ ਸੁੰਗ ਨਾ ਭੁੱਖ ਨਾ ਪਿਆਸ ਕੁਝ ਨਹੀਂ ਰਹਿ ਜਾਂਦਾ ਉੱਥੇ ਸਿਰਫ ਉੱਥੇ ਪਿਆਰ ਰਹਿ ਜਾਂਦਾ ਆਪਣੇ ਗੁਰੂ ਨਾਲ ਪਿਆਰ ਸੋ ਇਹ ਕਵਿਤਾ ਦੇ ਵਿੱਚ ਪਟਨੇ ਸ਼ਹਿਰ ਦੇ ਵਿੱਚ ਦਾ ਦ੍ਰਿਸ਼ਟਾਂਤ ਤੇ ਗੁਰੂ ਪਾਤਸ਼ਾਹ ਜੀ ਦੇ ਜਨਮ ਦਾ ਤੇ ਉਸ ਨੂਰ ਦਾ ਇਲਾਹੀ ਨੂਰ ਦਾ ਪ੍ਰਗਟ ਹੋਣ ਬਾਰੇ ਜੋ ਬੱਚੇ ਨੇ ਬਹੁਤ ਪਿਆਰੇ ਤਰੀਕੇ ਨਾਲ ਦਰਸਾਇਆ ਹੈ ਸੋ ਉਸ ਲਈ ਬੱਚੇ ਨੂੰ ਸ਼ਾਬਾਸ਼ੀ ਹੈ ਹਾਂਜੀ ਹੁਣ ਸਾਡੇ ਵਿੱਚ ਆ ਰਹੀ ਹੈ ਬੱਚੀ ਹਰ ਸਿਮਰਤ कौर ਜਿਹੜਾ ਸਾਨੂੰ ਕਵਿਤਾ ਸਰਵਨ ਕਰਾਏਗੀ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਹਾਂ ਪਰ ਮੰਨਦੇ ਨਹੀਂ ਗੁਰਬਾਨੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਸਿਮਰਤ ਕੌਰ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਉਹਦਾ ਸਿਰਲੇਖ ਹੈ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਆ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਆ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਆ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਕੀ ਹੋਇਆ ਹਰ ਇੱਕ ਪ੍ਰਾਣੀ ਨੂੰ ਤੁਰੀ ਜਸੋ ਸਤਗੁਰ ਨਾਨਕ ਜੀ ਕੀ ਹੋਇਆ ਹਰ ਇੱਕ ਪ੍ਰਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਆ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਨਦੇ ਆ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਅਸੀਂ ਬੜੇ ਹੀ ਮੱਥੇ ਡੇਕਦੇ ਹਾਂ ਅਸੀਂ ਬੜੇ ਹੀ ਪਾਠ ਕਰਨੇ ਆ ਅਸੀਂ ਬੜੇ ਹੀ ਮੱਥੇ ਡੇਕਦੇ ਹਾਂ ਅਸੀਂ ਬੜੇ ਹੀ ਪਾਠ ਕਰਨੇ ਆ ਕਦੇ ਇਸ ਨੂੰ ਪੋਗ ਲਗਾਉਣ ਲਈ ਅਸੀਂ ਰੱਖਦੇ ਲੰਗਰ ਪਾਣੀ ਨੂੰ ਕਦੇ ਇਸ ਨੂੰ ਪੋਗ ਲਗਾਉਣ ਲਈ ਅਸੀਂ ਰੱਖਦੇ ਲੰਗਰ ਪਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰंदे ਹਾਂ ਪਰ ਮੰंदे ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰंदे ਹਾਂ ਪਰ ਮੰंदे ਨਹੀਂ ਗੁਰਬਾਣੀ ਨੂੰ ਗੁਰਬਾਣੀ ਕਹਿੰਦੀ ਸ਼ਬਦ ਗੁਰੂ ਗੁਰਬਾਣੀ ਕਹਿੰਦੀ ਸ਼ਬਦ ਗੁਰੂ ਇਸ ਨੂੰ ਹੀ ਸੀਸ ਟੁਕਣਾ ਹੈ ਸਨੂ ਇਸ ਟੂ ਕੋਣਾ ਪਰ ਸਾਡੇ ਗੁਰੂ ਅਨੇਕਾਂ ਨੇ ਅਸੀਂ ਕਿਸੇ ਨੂੰ ਨਹੀਂ ਰੁਸਾਉਣਾ ਹੈ ਪਰ ਸਾਡੇ ਗੁਰੂ ਅਨੇਕਾਂ ਨੇ ਅਸੀਂ ਕਿਸੇ ਨੂੰ ਨਹੀਂ ਰੁਸਾਉਣਾ ਹੈ ਅਸੀਂ ਨਕਲ ਕਰ ਗੜਦੇ ਹਰ ਥਾਂ ਤੇ ਅਸੀਂ ਨਕਲ ਕਰ ਗੜਦੇ ਹਰ ਥਾਂ ਤੇ ਤੇ ਮੰਦੇ ਮਣੀ ਮਸਾਣਾ ਨੂੰ ਤੇ ਮੰਦੇ ਮਣੀ ਮਸਾਣਾ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਦੇ ਆ ਪਰ ਮੰਦੇ ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰਦੇ ਆ ਪਰ ਮੰਦੇ ਨਹੀਂ ਗੁਰਬਾਣੀ ਨੂੰ ਇੱਜ਼ਤ ਕਰਨੀ ਬੀਬੀਆਂ ਦੀ ਇੱਜ਼ਤ ਕਰਨੀ ਬੀਬੀਆਂ ਦੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਅਸੀਂ ਕੁੜੀਆਂ ਮਾਰੀ ਜਨਿਆਂ ਸਾਨੂੰ ਕਾਤੋਂ ਸ਼ਰਮ ਨਾ ਆਉਂਦੀ ਹੈ ਅਸੀਂ ਕੁੜੀਆਂ ਮਾਰੀ ਜਨਿਆਂ ਸਾਨੂੰ ਕਾਤੋਂ ਸ਼ਰਮ ਨਾ ਆਉਂਦੀ ਹੈ ਅਸੀਂ ਦੇਹੇਜ ਵੀ ਲੈਂਦੇ ਮੰਗ ਮੰਗ ਕੇ ਅਸੀਂ ਦੇਹੇਜ ਵੀ ਲੈਂਦੇ ਮੰਗ ਮੰਗ ਕੇ ਕਾਤੋਂ ਸਬਰ ਪ੍ਰਾਣੀ ਨੂੰ ਕਾ ਤੋ ਸਬਰ ਪ੍ਰਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰंदे ਆ ਪਰ ਮੰंदे ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰंदे ਆ ਪਰ ਮੰंदे ਨਹੀਂ ਗੁਰਬਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਕੀ ਹੋਇਆ ਰਿਕ ਪ੍ਰਾਣੀ ਨੂੰ ਤੁਸੀਂ ਦੱਸੋ ਸਤਗੁਰ ਨਾਨਕ ਜੀ ਇਹ ਹੋਇਆ ਹਰਿ ਪ੍ਰਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰंदे ਆ ਪਰ ਮੰंदे ਨਹੀਂ ਗੁਰਬਾਣੀ ਨੂੰ ਅਸੀਂ ਗੁਰੂ ਗ੍ਰੰਥ ਨੂੰ ਮੰंदे ਆ ਪਰ ਮੰंदे ਨਹੀਂ ਗੁਰਬਾਣੀ ਨੂੰ ਪਰ ਮੰंदे ਨਹੀਂ ਗੁਰਬਾਣੀ ਨੂੰ ਪਰ ਮੰंदे ਨਹੀਂ ਗੁਰਬਾਣੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿਮਰਤ ਕੋਰ ਨੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਆਪਣਾ ਇੱਕ ਪੈਗਾਮ ਦਿੱਤਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਪਰ ਮੰਨਦੇ ਨਹੀਂ ਗੁਰਬਾਣੀ ਨੂੰ ਦੇਖੋ ਗੁਰੂ ਨੂੰ ਮੰਨਣਾ ਤੇ ਗੁਰੂ ਦੀ ਨਾ ਮੰਨਣਾ ਇਹ ਦੋਨਾਂ ਵਿੱਚ ਬੜਾ ਵੱਡਾ ਫਰਕ ਹੈ ਗੁਰੂ ਨੂੰ ਮੰਨਣਾ ਤੇ ਗੁਰੂ ਦੀ ਨਾ ਮੰਨਣਾ ਜੇ ਗੁਰੂ ਨੂੰ ਕੱਲਾ ਮੰਨੀ ਜਾਓ ਕਿ ਗੁਰੂ ਪਾਸ਼ਾ ਸੀ ਤੈਨੂੰ ਗੁਰੂ ਮੰਨਦੇ ਹਾਂ ਪਰ ਤੇਰੀ ਗੱਲ ਕੋਈ ਨਹੀਂ ਜੇ ਮੰਨਣੀ ਦੋ ਤਰੀਕੇ ਮੱਥੇ ਟੇਕਦੇ ਨੇ ਕਈ ਜਣੇ ਕਹਿੰਦੇ ਨਾ ਉਹ ਜਾ ਬਾਬਾ ਤੇਰੇ ਅੱਗੇ ਮੱਥਾ ਟੇਕਦੇ ਆ ਤੇਰੀ ਗੱਲ ਸਾਨੂੰ ਪੱਲੇ ਨਹੀਂ ਪੈਂਦੀ ਐਦਾਂ ਕਹਿੰਦੇ ਆ ਤੇ ਉਸੇ ਤਰੀਕੇ ਇੱਕ ਭਗਤ ਮੱਥਾ ਟੇਕਦਾ ਹੈ ਕਹਿੰਦਾ ਹੈ ਕਿ ਤੇਰੇ ਅੱਗੇ ਸੀਸ ਨਿਵਾਉਂਦਾ ਹਾਂ ਤੇਰੀ ਵਿਦਿਆ ਅੱਗੇ ਕਿ ਤੂੰ ਮੇਰੇ ਸਾਰੇ ਪ੍ਰਸ਼ਨਾਂ ਦਾ ਉੱਤਰ ਦੇ ਦਿੱਤਾ ਤੂੰ ਮੇਰੇ ਦੁੱਖਾਂ ਦਾ ਨਿਵਾਰਣ ਕਰ ਦਿੱਤਾ ਤੂੰ ਮੈਨੂੰ ਜਨਮ ਮਰਨ ਨਿਵਾਰਣ ਵਾਲਾ ਹੈ ਹੁਣ ਅਸੀਂ ਕਿਸ ਤਰੀਕੇ ਨਾਲ ਸੀਸ ਨਿਵਾਉਂਦੇ ਸਾਡੇ ਉੱਪਰ ਕਿ ਪਾਸ਼ਾ ਵੀ ਫਰਮਾਨ ਕਰਦੇ ਹਨ अपराधी ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਏ ਜਾਰਦਾ ਕਸੂਦਿਆ ਜਾਏ ਗੁਰੂ ਪਿਆਰਿਓ ਪਾਸ਼ਾ ਫਿਰ ਗੁਰਬਾਣੀ ਦੇ ਵਿੱਚ ਇਹ ਦੱਸਦੇ ਹਨ ਕੀ ਦੱਸਦੇ ਹਨ ਪਾਸ਼ਾ ਕਹਿੰਦੇ ਸਤਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿਠਿਆਂ ਮੁਕਤ ਨਾ ਹੋਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਕੱਲਾ ਗੁਰੂ ਨੂੰ ਅਸੀਂ ਇਹ ਕਹੀ ਜਾਈਏ ਕਿ ਪਾਸ਼ਾ ਅਸੀਂ ਤੇਰੇਗੇ ਸੀਸ ਨਵਾਨੇ ਆ ਅਸੀਂ ਜੀ ਮਾਰਾ ਦਾ ਪਾਠ ਕਰਦੇ ਆ ਪਰ ਆਪਣੇ ਜੀਵਨ ਦੇ ਵਿੱਚ ਨਾ ਤਾਂ ਮਿਠਾਸ ਲੈ ਕੇ ਆਏ ਤੇ ਜੇ ਕੋਈ ਗੁਰਸਿੱਖ ਸਾਡੇ ਲਾਗੇ ਆ ਗਿਆ ਅਸੀਂ ਉਹਦੇ ਨਾਲ ਨਹੀਂ ਬੈਠਣਾ ਜੇ ਕਿਸੇ ਨੇ ਹੱਥ ਲਾਤਾ ਉਹਦਾ ਹੱਥ ਲੱਗਿਆ ਨਹੀਂ ਖਾਣਾ ਜੇ ਅਸੀਂ ਕਿਸੇ ਨੂੰ ਨਾਲ ਬਿਠਾ ਲਿਆ ਦੇਖ ਲੈਣਾ ਕਿ ਉਹ ਗਰੀਬ ਤਾਂ ਨਹੀਂ ਤੇ ਉਸ ਨੂੰ ਨਿਰਤਨ ਦੇਖ ਵੀ ਉਹਨੂੰ ਮਾਨ ਸਤਕਾਰ ਨਹੀਂ ਦੇਣਾ ਤੇ ਅਸੀਂ ਅਮੀਰ ਪਾਰਟੀਆਂ ਦੇ ਨਾਲ ਜਾ ਜਾ ਬੈਠਣਾ ਉਹਨਾਂ ਨਾਲ ਫੋਟੋਆਂ ਖਚਵਾਉਣੀਆਂ ਤੇ ਨਿਰਤਨ ਦੇ ਨਾਲ ਨਹੀਂ ਬੈਠਣਾ ਨਿਰਤਨ ਦੇ ਪਰਿਵਾਰਾਂ ਚ ਦੁੱਖ ਸੁੱਖ ਨਹੀਂ ਸੁਣਨੇ ਤੇ ਨਿਰਤਨ ਜੇ ਕਿਤੇ ਕੀਰਤਨ ਦੀਵਾਰੀਆਂ ਚ ਵੀ ਮੈਂ ਕਈ ਜਗ੍ਹਾ ਵੇਖਿਆ ਤੇ ਜਿਹੜੇ ਗਰੀਬ ਨੇ ਸਿੱਖ ਨੇ ਉਹਨਾਂ ਨੂੰ ਵਾਰੀਆਂ ਵੀ ਨਹੀਂ ਦਿੰਦੇ ਦੱਸ ਤੇ ਇਹ ਸਾਡੇ ਅੰਦਰੋਂ ਇਹ ਚੀਜ਼ਾਂ ਨੂੰ ਕੱਢਣਾ ਪੈਣਾ ਨਹੀਂ ਤਾਂ ਸਾਡੇ ਵਕਾਰ ਜਿਹੜੇ ਨੇ ਸਾਡਾ ਜੱਪਿਆ ਹੋਇਆ ਨਾਮ ਸਾਡੀ ਕੀਤੀ ਹੋਈ ਬੰਦਗੀ ਨੂੰ ਸਾਡੇ ਵਕਾਰ ਪੀ ਲੈਂਦੇ ਹਨ ਤੇ ਉਹ ਵਕਾਰ ਬਲੀ ਬਣ ਜਾਂਦੇ ਹਨ ਇਸ ਕਰਕੇ ਕਈ ਐਸੇ ਬੰਦੇ ਵੀ ਜਿਹੜੇ ਨਾਮ ਬਾਣੀ ਜਪਦੇ ਹੋਣ ਦੇ ਬਾਵਜੂਦ ਵੀ ਬੜੇ ਗੁੱਸਹਿਲ ਬੜੇ ਕਾਮੀ ਕਰੋਧੀ ਵੀ ਹੁੰਦੇ ਹਨ ਉਹਨਾਂ ਦੇ ਅੰਦਰ ਇਹ ਕਿਉਂ ਹੁੰਦਾ ਕਿਉਂਕਿ ਉਹਨਾਂ ਨੇ ਜੀਵਨ ਜਾਚ 'ਚ ਨਹੀਂ ਉਤਾਰਿਆ ਉਸ ਨੂੰ ਗੁਰਬਾਣੀ ਦੇ ਸਿਧਾਂਤਾਂ ਨੂੰ ਆਪਣੀ ਜੀਵਨ ਦੇ ਜਾਚ ਵਿੱਚ ਵੀ ਉਤਾਰਨਾ ਬੇਹੱਦ ਜ਼ਰੂਰੀ ਹੈ ਕੱਲੀ ਬਾਣੀ ਪੜ੍ਹਨੀ ਨਹੀਂ ਜ਼ਰੂਰੀ ਬਾਣੀ ਦੀ ਜੀਵਨ ਜਾਚ ਨੂੰ ਗੁਰੂ ਨੂੰ ਗੁਰੂ ਮੰਨਣਾ ਤੇ ਗੁਰੂ ਦੀ ਵੀ ਮੰਨਣਾ ਬਹੁਤ ਜ਼ਰੂਰੀ ਹੈ ਤੇ ਗੁਰੂ ਨੂੰ ਨਹੀਂ ਸਿੱਖਣਾ ਗੁਰੂ ਤੋਂ ਸਿੱਖਣਾ ਹੈ ਯਾਦ ਰੱਖਿਓ ਕਈ ਜਣੇ ਕਹਿੰਦੇ ਅਸੀਂ ਗੁਰਬਾਣੀ ਸਿੱਖਣੀ ਹੈ ਗੁਰਬਾਣੀ ਗੁਰੂ ਆ ਪਿਆਰਿਓ ਗੁਰਬਾਣੀ ਨੂੰ ਜੇ ਅਸੀਂ ਸਿੱਖਣ ਦੇ ਯੋਗ ਹੁੰਦੇ ਫਿਰ ਤਾਂ ਸਾਡੀਆਂ ਕਿਆ ਹੀ ਬਾਤਾਂ ਸੀ ਗੁਰਬਾਣੀ ਤੋਂ ਸਿੱਖਣਾ ਹੈ ਗੁਰਬਾਣੀ ਨੂੰ ਨਹੀਂ ਸਿੱਖਣਾ ਤੇ ਬਾਣੀ ਨੇ ਆਪਣੇ ਆਪ ਸਾਨੂੰ ਸਿਖਾ ਦੇਣਾ ਤੇ ਆਪਣੀ ਜੀਵਨ ਜਾਂਚ ਨੂੰ ਬਦਲੀਏ ਤੇ ਗੁਰ ਸਿੱਖਾ ਨਾਲ ਮਿੱਠ ਬੋਲੜੇ ਹੋ ਕਰਕੇ ਜੀਏ ਹਾਂਜੀ ਹੁਣ ਸਾਡੇ ਵਿੱਚ ਦੋ ਬੱਚੀਆਂ ਆ ਰਹੀਆਂ ਹਨ ਅਬਿਰਿਤ ਕੌਰ ਤੇ ਅਭਿਰੂਪ ਕੌਰ ਜਿਹੜਾ ਸਾਨੂੰ ਇੱਕ ਕਵਿਤਾ ਨਾਲ ਜੋੜਨਗੇ ਗੁਰੂ ਨਾਨਕ ਲੈ ਅਵਤਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਭੀਰੀਤ ਕੌਰ ਹੈ ਮੇਰਾ ਨਾਮ ਅਭੀਰੂਪ ਕੌਰ ਹੈ ਅੱਜ ਅਸੀਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਵਿੱਚ ਕਵਿਤਾ ਸੁਣਾ ਜਾ ਰਹੇ ਹਾਂ ਗੁਰੂ ਨਾਨਕ ਲੈ ਅਵਤਾਰ ਆਏ ਜੱਗ ਤੇ ਦਾਤਾਰ ਗੁਰੂ ਨਾਨਕ ਲੈ ਅਵਤਾਰ ਆਏ ਜੱਗ ਤੇ ਦਾਤਾਰ ਨਨ ਕਾਨੀ ਵਿੱਚ ਹੋਇਆ ਪ੍ਰਕਾਸ਼ ਅਮਰ ਜੀ ਗੁਰੂ ਨਾਨਕ ਲੈ ਅਵਤਾਰ ਆਏ ਜਗ ਤੇ ਦਤਾਰ ਗੁਰੂ ਨਾਨਕ ਲੈ ਅਵਤਾਰ ਆਏ ਜਗ ਤੇ ਦਤਾਰ ਨਨ ਕਾਨੀ ਵਿੱਚ ਹੋਇਆ ਪ੍ਰਕਾਸ਼ ਅਮਰ ਜੀ ਗੁਰੂ ਨਾਨਕ ਲੈ ਅਵਤਾਰ ਮਾਤਾ ਤ੍ਰਿਪ देखो आज खुशियां मनाएर भैन नान की प्रेमी मन हर मनहर रे माता त्रिप देखो आज खुशियां मनाएर भैन नान की प्रेमी मन हर मनहर रे पिता कालू जी बलिहार झूमलिया सारा संसार ਪੀਤਾ ਕਾਲੂ ਜੀ ਬਲਹਾਰ ਚੁੰਮ ਰਿਆ ਸਾਰਾ ਸੰਸਾਰ ਨੰਨ ਕਾਨੇ ਵਿੱਚ ਹੋਇਆ ਪ੍ਰਕਾਸ਼ ਅੰਮਰ ਜੀ ਗੁਰੂ ਨਾਨਕ ਲੈ ਅਵਤਾਰ ਆਏ ਜੱਗ ਤੇ ਦਤਾਰ ਗੁਰੂ ਨਾਨਕ ਲੈ ਅਵਤਾਰ ਆਏ ਜੱਗ ਤੇ ਦਤਾਰ ਲੈ ਅਵਤਾਰ ਆਏ ਜਗ ਤੇ ਦਾਤਾ ਗੁਰੂ ਨਾਨਕ ਲੈ ਅਵਤਾਰ ਚਿਮ ਚਿਮ ਵਰਸੇ ਅੰਮ੍ਰਿਤ ਧਾਰ ਹੋ ਰਹੀ ਜਗ ਵਿੱਚ ਜੈ ਜੈਕਾਰ ਚਿਮ ਚਿਮ ਵਰਸੇ ਅੰਮ੍ਰਿਤ ਧਾਰ ਹੋ ਰਹੀ ਜਗ ਵਿੱਚ ਜੈ ਜੈਕਾਰ ਕੀਤਾ ਦੁਨੀਆ ਦਾ ਉਦਾਰ ਕੀਤਾ ਦੁਨੀਆ ਦਾ ਉਦਾਰ ਨਨਕਾਣੇ ਵਿੱਚ ਹੋਇਆ ਪ੍ਰਕਾਸ਼ ਅਮਰ ਜੀ ਗੁਰੂ ਨਾਨਕ ਲਾ ਅਵਤਾਰ ਆਏ ਜਗ ਤੇ ਦਾਤਾਰ ਗੁਰੂ ਨਾਨਕ ਲਾ ਅਵਤਾਰ ਆਏ ਜਗ ਤੇ ਦਾਤਾਰ ਨੰਨ ਕਾਨੇ ਵਿਚ ਹੋਇਆ ਪ੍ਰਕਾਸ਼ ਅਬ ਮਰਜੀ ਗੁਰੂ ਨਾਨਕ ਲਾ ਅਵਤਾਰ ਆਏ ਜਗ ਤੇ ਦਾਤਾਰ ਗੁਰੂ ਨਾਨਕ ਲਾ ਅਵਤਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਬਰੀਤ ਕੌਰ ਤੇ ਅਬਰੂਪ ਕੌਰ ਨੇ ਬਹੁਤ ਪਿਆਰੀ ਕਵਿਤਾ ਬੋਲੀ ਹੈ ਗੁਰੂ ਨਾਨਕ ਲੈ ਅਵਤਾਰ ਦੇਖੋ ਅਵਤਾਰ ਸ਼ਬਦ ਜਿਹੜਾ ਚਲੋ ਬੱਚਿਆਂ ਨੇ ਪੜ੍ਹਿਆ ਬਹੁਤ ਪਿਆਰਾ ਹੈ ਅਵਤਾਰ ਸ਼ਬਦ ਮੇਰੇ ਖਿਆਲ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਲਈ ਬਹੁਤ ਛੋਟਾ ਹੈ ਬਹੁਤ ਛੋਟਾ ਕਿਉਂਕਿ ਅਵਤਾਰਾਂ ਦੇ ਅੰਦਰ ਹਜੇ ਫੇਰ ਕੁਛ ਕੁ ਗੁਣ ਰਹੇ ਨੇ ਮੇਰਾ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਤਿਆਏ ਜੋ ਆਪਣਾ ਵਿਚਾਰ ਹੈ ਜੋ ਪਾਸ਼ਾ ਸੋਜੀ ਬਖਸ਼ਦੇ ਹਨ ਉਹ ਇਹ ਵਿਚਾਰ ਹੈ ਕਿ ਗੁਰੂ ਨਾਨਕ ਪਾਸ਼ਾ ਉਹ ਅਕਾਲ ਪੁਰਖ ਨਰਿੰਦਨੀ ਜੋਤ ਇੰਨੀ ਅਗੰਮੀ ਉਹ ਸਰਬ ਕਲਾ ਸੰਪੂਰਨ ਸਨ ਤੇ ਸਰਬ ਕਲਾ ਸੰਪੂਰਨ ਜਿਹੜਾ ਹੈ ਉਹ ਖੁਦ ਅਕਾਲ ਪੁਰਖ ਹੈ ਤੇ ਉਹਦੇ ਨਾਲ ਹੀ ਇੱਕਮਿਕ ਹੋਏ ਹੋਏ ਉਹ ਅਕਾਲ ਪੁਰਖ ਦੇ ਨਾਲ ਇੱਕਮਿਕ ਹੋਏ ਹੋਏ ਗੁਰੂ ਨਾਨਕ ਪਾਸ਼ਾ ਸਨ ਸੋ ਬਹੁਤ ਪਿਆਰੀ ਕਵਿਤਾ ਬੱਚਿਆਂ ਨੇ ਪੜ੍ਹੀ ਹੈ ਸਵਤੰਤਾ ਦੇ ਪਾਤਰ ਹਨ ਬੱਚੇ ਪੀਤੇ ਇਹਨਾਂ ਦੇ ਮਾਤਾ ਪਿਤਾ ਵੀ ਹਾਂਜੀ ਹੁਣ ਸਾਡੇ ਵਿੱਚ ਆ ਰਹੀ ਹੈ ਇਹ ਬੱਚੀ ਮਨਦੀਪ ਕੌਰ ਜਿਹੜਾ ਸਾਨੂੰ ਕਵਿਤਾ ਨਾਲ ਜੋੜੇਗੀ ਨਾਨਕ ਦੀਆਂ ਗੁੰਝੀਆਂ ਰਮਜ਼ਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਦੀਪ ਕੌਰ ਹੈ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਗਾਣ ਜਾ ਰਹੀ ਹਾਂ ਨਾਨਕ ਦੀਆਂ ਗੁੰਝੀਆਂ ਰਮਜ਼ਾਂ ਨੂੰ ਨਾਨਕ ਦੀਆਂ ਗੁੰਝੀਆਂ ਰਮਜ਼ਾਨ ਬੇ ਸਮਝ ਜ਼ਮਾਨਾ ਕੀ ਜਾਣੈ ਜਿਨ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬਿਗਾਨਾ ਕੀ ਜਾਣੈ ਨਾਨਕ ਦੀਆਂ ਗੁੰਝੀਆਂ ਰਮਜ਼ਾਨ ਨਾਨਕ ਦੀਆਂ ਗੁੰਝੀਆਂ ਰਮਜ਼ਾਨ ਇੱਕ ਇਸ਼ਕ ਲਗਾਨ ਨੇ ਕਾਣੀ ਦਾ ਜਾ ਤੜਪ ਤੜਪ ਮਰ ਜਾਣੀ ਦਾ ਇਕ ਹੀ ਸ਼ਿਕ ਲਗਾਣੇ ਕਾਣੀ ਦਾ ਜਾ ਤੜਪ ਤੜਪ ਮਰ ਜਾਣੀ ਦਾ ਜਿਸ ਅੱਗ ਵਿੱਚ ਲਸ਼ ਮੜ ਸਿੰਘ ਸੜਿਆ ਉਹ ਅੱਗ ਪਰਵਾਹ ਨਾ ਕੀ ਜਾਣੇ ਨਾਨਕ ਦੀਆਂ ਗੁੰਜੀਆਂ ਰਮਜ਼ਾਨੂ ਨਾਨਕ ਦੀਆਂ ਗੁੰਜੀਆਂ ਰਮਜ਼ਾਨੂ ਬੇਸਮਝ ਜ਼ਮਾਨਾ ਕੀ ਜਾਣੇ ਜਿਨ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਨਾਨਕ ਦੀਆਂ ਗੁੰਜੀਆਂ ਰਮਜ਼ਾਨੂ ਨਾਨਕ ਦੀਆਂ ਗੁੰਜੀਆਂ ਰਮਜ਼ਾਨੂ ਸਫਰੀ ਸਭ ਜਗੜਾ ਅੰਦਰਿ ਦਾ ਨਾ ਮਸਜਿਦ ਦਾ ਨਾ ਮੰਦਰ ਦਾ ਸਫਰੀ ਸਭ ਝਗੜਾਇਆ ਮੰਦਰ ਦਾ ਨਾ ਮਸਜਿਦ ਦਾ ਨਾ ਮੰਦਰ ਦਾ ਜਿਨ ਪਹਿ ਕੇ ਲਈ ਸਮਝ ਲਿਆ ਕਾਪਾ ਬੁਧਖਾਨਾ ਕੀ ਜਾਣੈ ਨਾਨਕ ਦੀਆਂ ਗੁੰਜੀਆਂ ਰਮਜ਼ਾਨ ਨੂੰ नानक दीयां गुंजियां रमजानू बेसमझ जमाना की जाने जिन सब जगह अपना समझ लिया अपना ते बेगाना की जाने नानक दीयां गुंजियां रमजानू नानक दीयां गुंजियां रमजानू वाहेगुरु जी का खालसा वाहेगुरु जी की फतेह मनदीप कौर ने ਬਹੁਤ ਪਿਆਰੀ ਕਵਤਾ ਬੋਲੀ ਹੈ ਗੁਰੂ ਨਾਨਕ ਦੀਆਂ ਗੁਜੀਆਂ ਰਮਝਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਇਹ ਗੱਲ ਸਹੀ ਹੈ ਲੋਗਨ ਰਾਮ ਖਿਡੋਨਾ ਜਾਣਾ ਇੱਕ ਸੰਸਾਰੀਆਂ ਦਾ ਰਾਮ ਹੈ ਇੱਕ ਭਗਤਾਂ ਦਾ ਰਾਮ ਹੈ ਦੋਨਾਂ ਦੀ ਰਮੈਣ ਵੱਖਰੀ ਹੈ ਯਾਦ ਰੱਖਿਓ ਦੋਨਾਂ ਦੀ ਰਮੈਣ ਵੱਖਰੀ ਹੈ ਤੇ ਉਸੇ ਤਰ੍ਹਾਂ ਗੁਰੂ ਨਾਨਕ ਪਾਸ਼ਾ ਦੀਆਂ ਜਿਹੜੀਆਂ ਰਮਝਾਂ ਨੇ ਨਾ ਉਸ ਨੂੰ ਇਹ ਜਿਹੜਾ ਬੇਸਮਝ ਜਮਾਨਾ ਹੈ ਉਹ ਕੱਲਾ ਇਹ ਸਮਝਦਾ ਕਿ ਗੁਰੂ ਘਰ ਜਾਣਾ ਸੀ ਵਿਆਹ ਸ਼ਾਦੀਆਂ ਦੇ ਵੇਲੇ ਲਾਵਾਂ ਫੇਰੇ ਲਈ ਅਸੀਂ ਗੁਰਗੰਸਾ ਮਹਾਰਾਜ ਜੀ ਦੇ ਨੂੰ ਯੂਜ਼ ਕਰਦੇ ਆ। ਜਪ ਹੋਗਾ ਕਿਸੇ ਦਾ ਕੋਈ ਮਰਗ ਹੋ ਗਈ ਤੇ ਉਦੋਂ ਭੋਗ ਦੇ ਲਈ ਬਸ ਰਾਗੀ ਬੁਲਾਏ ਇੰਨੀ ਪੇਟਾ ਦਿੱਤੀ ਤੇ ਚਲੋ ਇਹ ਪਾਠ ਕਰਾ ਲਿਆ ਸਾਡਾ ਪਤਾ ਨਹੀਂ ਪਾਰਤਾਰ ਹੋ ਗਿਆ ਨਹੀਂ ਪਿਆਰੇ। ਜਿਹੜੇ ਜਿਹੜੇ ਇਨਸਾਨ ਨੇ ਕਦੇ ਨਾਮ ਨਹੀਂ ਜਪਿਆ ਹਮੇਸ਼ਾ ਭੋਗ ਵਿਲਾਸ ਤੇ ਲਿਪਤ ਰਿਹਾ ਉਹਦੀ ਅਰਦਾਸ ਕਰਵਾ ਰੇ ਕਰਵਾ ਰਹੇ ਹੁੰਦੇ ਆ। ਸੱਚੇ ਪਾਤਸ਼ਾਹ ਜੀ ਸਾਡੇ ਸਵਰਗਵਾਸੀ ਬੜੇ ਗੁਰਮਖ ਪਰਿਵਾਰ ਤੇ ਘਰ ਵਿੱਚ ਪੱਬ ਬੀਅਰ ਬਾਰ ਖੁੱਲੇ ਤੇ ਗੁਰਮਖ ਪਰਿਵਾਰ ਕਾਦੇ ਗੁਰਮਖ ਪਰਿਵਾਰ ਝੂਠੀਆਂ ਅਰਦਾਸਾਂ ਕਰ ਰਹੇ ਆ ਗੁਰੂ ਪਿਆਰੇ ਇਹ ਬੇਸਮਝ ਦੀ ਜੀ ਹੈ ਇਹ ਬੇਸਮਝ ਜਮਾਨਾ ਗੁਰਨਾਨ ਦੇਵ ਪਾਤਸ਼ਾਹ ਦੀ ਰਮਜਾਨੋ ਨਹੀਂ ਜਾਣ ਸਕਦਾ ਸਾਡੇ ਅੰਦਰ ਜਿਤਨਾ ਚਿਰ ਉਹਦੀ ਰਹਿਤ ਨਹੀਂ ਸਾਡੇ ਅੰਦਰ ਅਗਰ ਗੁਰੂ ਪ੍ਰਤੀ ਪਿਆਰ ਨਹੀਂ ਅਗਰ ਸਾਡੇ ਅੰਦਰ ਈਰਖਾ ਦੁਸ਼ ਹੈ ਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਬਹੁਤ ਕੋਹਾਂ ਦੂਰ ਆ ਤੇ ਉਹਨਾਂ ਨੂੰ ਕਦੇ ਸਮਝ ਨਹੀਂ ਸਕਦੇ ਤੇ ਉਹਨਾਂ ਨੂੰ ਸਮਝਣ ਦੇ ਲਈ ਸਾਨੂੰ ਨਿਮਾਣੇ ਹੋ ਕਰਕੇ ਗੁਰੂ ਘਰ ਜੋੜੇ ਝਾੜਨ ਬਰਤਨਾ ਦੀ ਸੇਵਾ ਕਰਨ ਤੇ ਦਰਿਆ ਝਾੜਨ ਤੇ ਗੁਰੂ ਪਾਤਸ਼ਾਹ ਜੀ ਦੇ ਸੁਖਾਸਣ ਤੇ ਪ੍ਰਕਾਸ਼ ਵੇਲੇ ਦਾ ਸਾਨੂੰ ਆਪ ਹਜਰੀ ਪਰਣੀ ਚਾਹੀਦੀ ਹੈ ਅੰਮ੍ਰਿਤ ਵੇਲੇ ਦੀ ਸਾਂਝ ਪਾਣੀ ਚਾਹੀਦੀ ਹੈ ਤਾਂ ਕਿਤੇ ਜਾ ਕਰਕੇ ਗੁਰੂ ਪਾਤਸ਼ਾਹ ਤਰਸ ਕਰਨ ਤਾਂ ਕਿਤੇ ਜਾ ਕੇ ਗੁਰਨਾਨ ਪਾਸ਼ਾ ਤਰਸ ਕਰਨ ਕਿ ਸਾਨੂੰ ਗੁਰਸਿੱਖੀ ਨਾਲ ਜੋੜਨ। ਉਹੀ ਜਾਣ ਸਕਦਾ ਨੇ ਤਾਂ ਨਹੀਂ ਆਮ ਬੰਦੇ ਦੇ ਵੱਸ ਦੀ ਖੇਡ ਨਹੀਂ। ਹਾਂਜੀ। ਹੁਣ ਸਾਡੇ ਵਿੱਚ ਤਿੰਨ ਬੱਚੇ ਆ ਰਹੇ ਹਨ। ਜਸਰਾਜ ਸਿੰਘ, ਪਰਿਕੌਰ ਤੇ ਜਸਲੀਨ ਕੌਰ। ਇਹ ਸਾਨੂੰ ਕਵਿਤਾ ਸਰਵਨ ਕਰਾਨਗੇ ਇੱਕ ਓੰਕਾਰ ਨੂੰ ਸੀਸ ਝੁਕਾ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अज अनक देव जी की कविता सुना जा रहे हाँ एक नीस चुका के कर अरदास चौंकड़ा ला के एक कार नीस चुका के कर अरदास चौंकड़ा ला के अमरदानिया छेड़ के तारा ਅਮਰ ਜਾਨੀਆਂ ਛੇੜ ਕੇ ਤਾਰਾ ਮੁਖੋਂ ਫਰਮਾਵੇ ਬਾਣੀ ਤੋਰ ਤੋ ਆਈਏ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਬਾਣੀ ਤੋਰ ਤੋ ਆਈਏ ਮੇਰਾ ਨਾਨਕ ਵੀਰਾ ਗਾਵੇ ਬਾਣੀ ਤੋਰ ਤੋ ਆਈਏ ਮੇਰਾ ਨਾਨਕ ਵੀਰਾ ਗਾਵੇ ਨਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ 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 ਜੀ ਨਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ 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 ਜੀ ਮਾਤਾ ਪਿਤਾ ਦੀ ਅੱਖ ਦੇ ਤਾਰੇ ਮਾਤਾ ਪਿਤਾ ਦੀ ਅੱਖ ਤੇ ਤਾਰੇ ਬਾਬਲ ਦਾ ਹੈ ਨੂਰ ਜਗ ਕੀ ਹੈ ਜਗ ਤਾਰਨ ਵਾਲੇ ਨਾਨਕ ਸਾਹਿਬ ਹਜ਼ੂਰ ਜਗ ਕੀ ਹੈ ਜਗ ਤਾਰਨ ਵਾਲੇ ਨਾਨਕ ਸਾਹਿਬ ਹਜ਼ੂਰ ਕਿਰਤ ਕਰਨਾ ਵੰਡ ਕਿਸ਼ਕਣਾ ਕਿਰਤ ਕਰਨਾ ਵੰਡ ਕਿਸ਼ਕਣਾ ਸਭ ਨੂੰ ਨਾਮ ਜਪਾਵੇ ਬਾਣੀ ਤੋਰ ਤੋ ਆਈਏ ਸਤ ਨਾਮ ਸਤ ਨਾਮ ਵਾਹਿਗੁਰੂ ਵਾਹਿਗੁਰੂ ਬਾਣੀ ਤੋਰ ਤੋ ਆਈਏ ਮੇਰਾ ਨਾਨਕ ਵੀਰਾ ਗਾਵੇ ਬਾਣੀ ਦਰਤੋ ਆਈਆ ਮੇਰਾ ਨਾਨਕ ਵੀਰਾ ਗਾਵੇ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰੂਹਾ ਉਤੇ ਰਾਜ ਕਰਦਾ ਬਨ ਕੇ ਰੂਪਿਆ ਕਾਲ ਬਨ ਕੇ ਰੂਪਿਆ ਕਾਲ ਅਮਰਿਤ ਬੀਜੇ ਬੋਲਾ ਦੇ ਵਿੱਚ ਕਰਦਾ ਨਦਰ ਨਿਹਾਲ ਕਰਦਾ ਨਦਰ ਨਿਹਾਲ ਸ਼ਬਦ ਗੁਰੂ ਨਾਲ ਜੋੜੇ ਸਭ ਨੂੰ ਸ਼ਬਦ ਗੁਰੂ ਨਾਲ ਜੋੜੇ ਸਭ ਨੂੰ ਜਿੱਥੇ ਜਿੱਥੇ ਜਾਵੇ ਬਾੜੀ ਤੋੜ ਤੋ ਆਈਏ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਬਾਣੀ ਤੋੜ ਤੋ ਆਈਏ ਮੇਰਾ ਨਾਨਕ ਵੀ ਰਾਗਾਵੇ ਬਾਣੀ ਤੋੜ ਤੋ ਆਈਏ ਮੇਰਾ ਨਾਨਕ ਵੀ ਰਾਗਾਵੇ ਸਤਨਾਮ 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 ਜੀ ਵਾਹਿਗੁਰੂ 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 ਜੀ ਬਲੀਆ ਦਾ ਹੈ ਬਲੀ ਨਾਨਕ ਪੀਰਾ ਦਾ ਹੈ ਪੀ ਮੇਰੇ ਲਈ ਗੁਰੂ ਹੈ ਮੇਰਾ ਦੁਨੀਆ ਕਾ ਹੈ ਫਕੀਰ ਰਮੀ ਜੇ ਦੁਖੀਆਂ ਨੂੰ ਕਹਿ ਚੁਕਾ ਦੀ ਪਾਵੇ ਬਾਣੀ ਤੋਰਤੋ ਆਈਐ ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਬਾਣੀ ਤੋਰਤੋ ਆਈਐ ਮੇਰਾ ਨਾਨਕ ਵੀਰਾ ਗਾਵੇ ਬਾਣੀ ਤੋਰਤੋ ਆਈਐ ਮੇਰਾ ਨਾਨਕ ਵੀਰਾ ਗਾਵੇ ਸਤਨਾਮ ਸਤਨਾਮ ਸਤਨਾਉ ਜੀ ਵਾਹਿਗੁਰੂ 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 ਜੀ ਸਤਿਨਾਮ ਸਤਿਨਾਮ ਸਤਿਨਾਬ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਹੀ ਪਿਆਰੇ ਤਰੀਕੇ ਨਾਲ ਬੱਚਿਆਂ ਨੇ ਕਵਿਤਾ ਸੁਣਾਈ ਇੱਕ ਓੰਕਾਰ ਨੂੰ ਸੀਸ ਚੁਕਾ ਕੇ ਇੱਕ ਓੰਕਾਰ ਕੀ ਹੈ ਇੱਕ ਉਹਦਾ ਦ੍ਰਿਸ਼ਟਾਂਤ ਹੈ ਕਿ ਉਸ ਅਕਾਲ ਪੁਰਖ ਹੀ ਇੱਕੋ ਹੈ ਉਹੀ ਹੈ ਜੋ ਪੰਨਨ ਕੜਮ ਸਮਰੱਥ ਹੈ ਜੋ ਸਾਰਾ ਕੁਝ ਆਪ ਦ੍ਰਿਸ਼ਟਮਾਨ ਸੰਸਾਰ ਨੂੰ ਪ੍ਰਗਟ ਕਰਨ ਵਾਲਾ ਇੱਕੋ ਹੀ ਹੈ ਉਹੀ ਓਮਕਾਰ ਹੈ ਜਿਸ ਨੇ ਸਾਰੀ ਕਾਇਨਾਤ ਨੂੰ ਆਪ ਸਿਰਜਿਆ ਹੈ ਤੇ ਬਹੁਤ ਪਿਆਰੇ ਤਰੀਕੇ ਨਾਲ ਬੱਚਿਆਂ ਨੇ ਇਸ ਨੂੰ ਦਰਸਾਇਆ ਹੈ ਹਾਂਜੀ ਹੁਣ ਸਾਡੇ ਵਿੱਚ ਆ ਰਹੀ ਹੈ ਬੱਚੀ ਅਰਸ ਨੂਰਕੌਰ ਜਿਹੜਾ ਸਾਨੂੰ ਇੱਕ ਸਵਤ ਸਵਨ ਕਰਾਏਗੀ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦੇ ਜਗ ਚਾਨਣ ਹੋਆ ਬਿ ਸੱਤ ਸੱਤ ਗੁਰੂ ਨਾਨਕ ਪਰਗਟਿਆ ਮਿਟੀਤ ਹੁੰਦੇ ਜਗ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰੇ ਪਲੋਵਾ ਸਤ ਗੁਰੂ ਸਤ ਗੁਰੂ ਸਤ ਗੁਰੂ ਨਾਨਕ ਪਰਗਟਿਆ ਸਿੰਘ ਬੁੱਕੇ ਮੈਂ ਗਾਵਲੀ ਪੰਨੀ ਜਾਇ ਨੀਰ ਤਰੋਆ ਜਿੱਥੇ ਵਾਪਾ ਪੈਰ ਰੈ ਤੇਵਾ ਪਾ ਪੈਤਰੇ ਉਚਾ ਆਸਨ 탑 ਪਰ ਸੋਵਾ ਹਤ ਗੁਰ ਸਤਗੁਰ ਸਤਗੁਰ ਨਾਨਕ ਪਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ ਸਿਧ ਆਸਨ ਸਭ ਜਗਤ ਦੇ ਨਾਨਕ ਆਦਮ ਤੇਜੇ ਕੋਵਾ ਨਾਨਕ ਆਦਮ ਤੇਜੇ ਕੋਵਾ ਸਤਗੁਰ ਸਤਗੁਰ ਨਾਨਕ ਪਰਗਟਿਆ ਮਿੱਟੀ ਤੁੰਦ ਜਗ ਚਾਨਣ ਹੋ ਕਲ ਕਰੀਏ ਅੰਦਰ ਤਰਨ ਸਾਜੂ ਵੈ ਕਿਰਤ ਸਦਾ ਵਿਸੂਆ ਵੈਦਿਕ ਘਾਤ ਸਭ ਵੈਦਿਕ ਫਤੈ ਬੱਚੀ ਨੇ ਬਹੁਤ ਹੀ ਪਿਆਰਾ ਸ਼ਬਦ ਗਾਇਨ ਕੀਤਾ ਹੈ ਬੱਚੀ ਨੇ ਅਰਸ਼ ਨੂਰ ਕੌਰ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਦੇਖੋ ਗੁਰਬਾਣੀ ਨੂੰ ਭਾਵੇਂ ਬੱਚਾ ਬੋਲੇ ਤੇ ਭਾਵੇਂ ਵੱਡਾ ਬੋਲੇ ਬਾਣੀ ਸਾਰਿਆਂ ਨੂੰ ਪਿਆਰ ਕਰਦੀ ਹੈ ਕਿਉਂਕਿ ਬਾਣੀ ਗੁਰੂ ਹੈ ਇਕ ਗੁਰੂ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਤੇ ਬਾਣੀ ਦੇ ਨਾਲ ਜੁੜਨਾ ਸਾਡੇ ਸਾਰਿਆਂ ਦਾ ਫਰਜ਼ ਹੈ ਜਿਵੇਂ ਅੱਜ ਬੱਚਿਆਂ ਨੇ ਕਵਤਾਵਾਂ ਤੇ ਸ਼ਬਦ ਗਾਇਨ ਕੀਤੇ ਹਨ ਗੁਰੂ ਪਿਆਰਿਓ ਸਾਡੀ ਇੱਕੋ ਇੱਕ ਬੇਨਤੀ ਹੈ ਕਿ ਆਪਜੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜੋ ਗੁਰਗੰਸਾ ਮਹਾਰਾਜ ਜੀ ਦੇ ਨਾਲ ਜੋੜੋ ਗੁਰਮਤ ਸਿਧਾਂਤਾਂ ਨਾਲ ਜੋੜੋ ਤਾਂ ਜੋ ਸੰਸਾਰੇ ਸੰਸਾਰ ਨੂੰ ਅਸੀਂ ਇਹ ਨਿੱਘੇ ਪਿਆਰ ਦੇ ਨਾਲ ਸਾਰਿਆਂ ਨੂੰ ਇੱਕ ਕਰ ਸਕੀਏ ਤੇ ਸਾਰਿਆਂ ਨੂੰ ਦੱਸ ਸਕੀਏ ਅਵਲਲ ਲੈ 100 ਰੁਪਏ ਕੁਦਰਤ ਕੇ ਸਭ ਬੰਦੇ ਤੇ ਸਾਰਿਆਂ ਨੂੰ ਦੱਸ ਸਕੀਏ ਕਿ ਇੱਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਕੋ ਮੰਦੇ ਸੋ ਪਿਆਰਿਓ ਇਹ ਬੜੀ ਵੱਡੀ ਗੱਲ ਹੈ ਕਿ ਅਸੀਂ ਇੱਕ ਸਕੇ ਹਮਾਰਕ ਉਹ ਪਾਦਸ਼ਾ ਨੇ ਸਾਨੂੰ ਇਹ ਦੱਸਿਆ ਹੈ ਕਿ ਅਸੀਂ ਸਾਰਿਆਂ ਨੂੰ ਇੱਕ ਕਰਕੇ ਜਾਨਣਾ ਹੈ ਕਿਉਂਕਿ ਇਸ ਪਲੈਨਟ ਦੇ ਉੱਪਰ ਉਸ ਕਾਲਪੁਰਖ ਨੇ ਜਿਸ ਸਾਰਿਆਂ ਨੂੰ ਜਨਮ ਦਿੱਤਾ ਤੇ ਉਹ ਸਾਰਿਆਂ ਨੂੰ ਹੀ ਪਿਆਰ ਕਰਦਾ ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਨੂੰ ਬੁਰਾ ਨਹੀਂ ਬੋਲਣਾ ਤੇ ਸਾਰਿਆਂ ਨੂੰ ਪਿਆਰ ਲੈ ਕਰਕੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਹ ਗੁਰਮਤ ਦੇ ਸਿਧਾਂਤ ਅਨੁਸਾਰ ਚੱਲਣਾ ਹੈ ਸੋ ਅਸੀਂ ਫੇਰ ਲੈ ਕਰਕੇ ਇਸੇ ਤਰ੍ਹਾਂ ਪ੍ਰੋਗਰਾਮ ਹਾਜ਼ਰ ਹੋਵਾਂਗੇ ਪ੍ਰੋਗਰਾਮ ਬਾਲ ਫੁਲਵਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ